ਹੈਲੋ ਜੀ, ਅਸਲਾਮ ਵਾਲੇਕਮ ਅਤੇ ਵੈਲਕਮ ਬੈਕ ਟੂ ਐਨ ਅਦਰ ਵੀਡੀਓ। ਅਤੇ ਅੱਜ ਅਸੀਂ ਮਾਸ਼ਾਅੱਲਾ ਤੁਹਾਡੇ ਨਾਲ ਛੋਟੀ ਜਿਹੀ ਇੱਕ ਸ਼ਾਰਟ ਜਿਹੀ ਵੀਡੀਓ ਅਪਲੋਡ ਕਰਾਂਗੇ, ਠੀਕ ਹੈ। ਅਤੇ ਮੁਸਤਫਾ ਭਾਈ ਅੱਜ ਵਰਕ ਕਰਦੇ ਪਏ ਸਨ, ਕੰਮ ਕਰਦੇ ਪਏ ਸਨ, ਅਤੇ ਮੈਂ ਕਿਹਾ ਅੱਜ ਜਾ ਕੇ ਛੋਟਾ ਜਿਹਾ ਵਲੌਗ ਬਣਾਈਏ। ਅਤੇ ਮਾਸ਼ਾਅੱਲਾ ਸਾਡੇ ਹੋ ਚੁੱਕੇ ਨੇ 300, ਯਾਨੀ ਕਿ 3000 ਸਬਸਕ੍ਰਾਈਬ ਕੰਪਲੀਟ ਹੋ ਚੁੱਕੇ ਨੇ, ਠੀਕ ਹੈ। ਅਤੇ ਅਸਦ ਭਾਈ ਵੀ ਲੱਗੇ ਸਨ, ਅਤੇ ਮੈਂ ਵੀ ਅੱਜ ਆਪਣਾ ਥੋੜ੍ਹਾ ਜਿਹਾ ਵਰਕ ਕੀਤਾ, ਠੀਕ ਹੈ। ਮੈਂ ਆਪਣਾ ਕੰਮ ਯਾਨੀ ਕਿ ਥੋੜ੍ਹਾ ਜਿਹਾ ਕੀਤਾ, ਮੈਂ ਤੁਹਾਨੂੰ ਵਿਖਾਉਂਦਾ ਵਾਂ। ਇਸ ਤਰ੍ਹਾਂ ਸਟੈਂਡ ਹੈ, ਠੀਕ ਹੈ, ਇਹ ਮੈਂ ਤਿਆਰ ਕਰ ਛੱਡਿਆ, ਠੀਕ ਹੈ। ਅਤੇ ਮੁਸਤਫਾ ਭਾਈ ਲੱਗੇ ਹਨ, ਅਲਮਾਰੀ ਬਣਾਈ ਹੈ ਮਾਸ਼ਾਅੱਲਾ ਉਹਨਾਂ, ਉਸ ਤੋਂ ਬਾਅਦ ਹੁਣ ਲੱਗੇ ਸਨ, ਠੀਕ ਹੈ, ਥੋੜ੍ਹਾ ਬਹੁਤਾ ਕੰਮ ਕਰਦੇ ਪਏ ਸਨ। ਅਤੇ ਕੀ ਕਹਿਣਾ ਚਾਹੋਗੇ ਮੁਸਤਫਾ ਸਾਹਿਬ ਅੱਜ ਦੀ ਇਸ ਵੀਡੀਓ ਦੇ ਵਿੱਚ? ਨਾਲ ਮੌਜਾਂ ਕਰੋ ਤੇ ਨਾਲ ਕੰਮ ਕਰੋ, ਠੀਕ ਹੈ। ਮੌਜਾਂ ਵੀ ਹੋਣੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ, ਲੇਕਿਨ ਕੰਮ ਬਹੁਤ ਜ਼ਰੂਰੀ ਹੈ। ਸਹੀ ਹੋ ਗਿਆ। ਤੇ ਮਾਸ਼ਾਅੱਲਾ ਬਾਈ ਹਰੀ ਵਰਕ ਕਰਦੇ ਪਏ ਹਾਂ, ਠੀਕ ਹੈ। ਮੈਂ ਕਿਹਾ ਚਲੋ ਤੁਹਾਡੇ ਨਾਲ ਛੋਟੀ ਜਿਹੀ ਅੱਜ ਜਿਹੜੀ ਤੁਹਾਡੇ ਚੈਨਲ ਸਬਸਕ੍ਰਾਈਬ ਕਰਦੇ ਪਏ ਹੋ, ਲਾਈਕ ਕਰਦੇ ਹੋ, ਵਾਰ ਵਾਰ ਸਾਨੂੰ ਇਸੇ ਤਰ੍ਹਾਂ ਸਾਡੀਆਂ ਵੀਡੀਓ ਵੇਖਦੇ ਹੋ, ਅਤੇ ਇਨਸ਼ਾਅੱਲਾ ਤੁਹਾਡੇ ਅੱਗੇ ਥੋੜ੍ਹੀ ਸ਼ਿਕਾਇਤ ਹੈ ਅਤੇ ਤੁਸੀਂ ਕਿਹੜਾ ਵਾਚ ਨਹੀਂ ਕਰਦੇ ਪਏ, ਵਾਚ ਟਾਈਮ ਘੱਟ ਹੈ ਤਾਂ ਸਬਸਕ੍ਰਾਈਬ ਕਰ, ਤੁਸੀਂ ਇੰਝ ਕਰਦੇ ਹੋ ਜਿਵੇਂ ਸਵਾਦ ਦਾ ਯਾਰ ਵੀਡੀਓ ਸਾਡੀਆਂ ਜਿਹੜੀ ਵੀ ਅਸੀਂ ਅਪਲੋਡ ਕਰੀਏ, ਅਤੇ ਭਾਈ ਜਿਹੜੀ ਕਹਿ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ ਯਾਰ ਵੇਖ ਜ਼ਿਆਦਾ ਵਾਚ ਕਰਿਆ ਕਰੋ ਤਾਂ ਕਿ ਇਹਦਾ ਕੋਈ ਫਾਇਦਾ ਵੀ, ਬੈਨੀਫਿਟ ਵੀ ਹੋਵੇ। ਹਾਂਜੀ, ਤੁਹਾਨੂੰ ਬੈਨੀਫਿਟ ਅੱਗੋਂ ਦੇਈਏ। ਸਹੀ ਹੋ ਗਿਆ। ਅਤੇ ਹੁਣ ਇਹ ਮੈਂ ਵੀਡੀਓ ਸਿਰਫ ਇਸ ਵਾਸਤੇ ਬਣਾਈ ਹੈ ਕਿ ਅੱਜ ਮੁਸਤਫਾ ਭਾਈ ਡੇ ਹਨ, ਕਾਫੀ ਮਿਹਨਤ ਕਰਦੇ ਪਏ ਸਨ, ਅਤੇ ਕੁਛ ਸਾਡੇ ਮਾਸ਼ਾਅੱਲਾ 3000 ਸਬਸਕ੍ਰਾਈਬ ਕੰਪਲੀਟ ਹੋ ਚੁੱਕੇ ਨੇ। ਅਤੇ ਇਨਸ਼ਾਅੱਲਾ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਕੋਈ ਨਾ ਕੋਈ ਅੱਛੀ ਅੱਛੀ ਵੀਡੀਓ ਤੁਹਾਡੇ ਨਾਲ ਲੈ ਕੇ ਆਵਾਂ ਕਰਾਂਗੇ, ਠੀਕ ਹੈ। ਇਸੇ ਤਰ੍ਹਾਂ ਕੋਈ ਨਾ ਕੋਈ ਅੱਛੀ ਅੱਛੀ ਪਰਲੀ ਸਾਈਡ ਵੱਲ। ਹਾਂਜੀ, ਇਸ ਤਰ੍ਹਾਂ। ਅਤੇ ਯਾਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ, ਅਸੀਂ ਇਹ 2 ਮਿੰਟ ਦੀ ਸਿਰਫ ਤੁਹਾਡੇ ਨਾਲ 2.5 ਮਿੰਟ ਦੀ ਵੀਡੀਓ ਸ਼ੇਅਰ ਕਰਾਂਗੇ ਛੋਟੀ ਜਿਹੀ, ਤਾਂ ਕਿ ਤੁਸੀਂ ਵੀ ਯਾਰ ਇਹ ਇਸੇ ਤਰ੍ਹਾਂ ਇਨਸ਼ਾਅੱਲਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਅੱਛੇ ਅੱਛੇ ਕੰਮ ਕਰ ਸਕੋ। ਅਤੇ ਲਾਜ਼ਮ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਇਸੇ ਤਰ੍ਹਾਂ ਦੀ ਕੋਈ ਨਵੀਂ ਵੀਡੀਓ ਦੇ ਨਾਲ ਹੁਣ, ਅਤੇ